ਕਾਲਜਾਂ ਦੇ ਵਿਦਿਆਰਥੀਆਂ ਨੂੰ ਅੱਜ ਅੰਤਰਰਾਸ਼ਟਰੀ ਯੂਥ ਡੇ ਦੇ ਇਸ ਸਮਾਗਮ ਮੈਂ ਜੀ ਆਇਆਂ ਨੂੰ ਕਹਿੰਦਾ ਹਾਂ ਤੇ ਨਾਲ ਥੋੜ੍ਹਾ ਦੱਸਣਾ ਚਾਹੁੰਦਾ ਹਾਂ ਕਿ ਵਿਜੇ ਇਹ ਜਿਹੜਾ ਪ੍ਰੋਗਰਾਮ ਹੈ ਇਹ ਸਾਡਾ ਐਨ ਸੀ ਸੀ ਯੂਨਿਟ ਜਲੰਧਰ ਵੱਲੋਂ ਸਾਨੂੰ ਦਿੱਤਾ ਗਿਆ ਸੀ ਤੇ ਅਸੀਂ ਇਹ ਪ੍ਰੋਗਰਾਮ ਕਾਲਜ ਦੇ ਸਹਿਯੋਗ ਨਾਲ ਅਤੇ ਐਨ ਸੀ ਸੀ ਯੂਨਿਟ ਜਲੰਧਰ ਨੇਵੀ ਯੂਨਿਟ ਦੇ ਨਾਲ ਕਰਵਾ ਰਹੇ ਸਹਿਯੋਗ ਨਾਲ ਸਾਂਝਾ ਪ੍ਰੋਗਰਾਮ ਹੈ ਜੀ। ਇਸ ਪ੍ਰੋਗਰਾਮ ਦੇ ਵਿੱਚ ਵਿਸ਼ਵ ਪੱਧਰ ਤੇ ਨੌਜਵਾਨ ਪ੍ਰਤੀ ਕੀ ਨਜ਼ਰੀਆ ਹੈ ਲੋਕਾਂ ਦਾ, ਨੌਜਵਾਨ ਕੀ ਕਰ ਰਹੇ ਨੇ, ਨੌਜਵਾਨਾਂ ਦੀ ਭੂਮਿਕਾ ਕੀ ਹੋ ਸਕਦੀ ਹੈ ਵਿਕਾਸ ਦੇ ਵਿੱਚ, ਡਿਵੈਲਪਮੈਂਟ ਦੇ ਵਿੱਚ, ਨਵੇਂ ਆਈਡੀਆਜ਼ ਦੇ ਵਿੱਚ, ਉਹ ਸਾਰੀਆਂ ਗੱਲਾਂ 'ਤੇ ਅੱਜ ਗੱਲ ਕਰਾਂਗੇ। ਸੋ ਇਸ ਖਾਸ ਪ੍ਰੋਗਰਾਮ 'ਚ, ਵਿਸ਼ੇਸ਼ ਪ੍ਰੋਗਰਾਮ ਦੇ ਵਿੱਚ ਅੱਜ ਮੈਂ ਸਾਡੇ ਅੱਜ ਦੇ ਮੁੱਖ ਸਪੀਕਰ ਡਾਕਟਰ ਜਗਤਾਰ ਸਿੰਘ ਜੀ, ਮੁਖੀ ਪੋਲੀਟੀਕਲ ਸਾਇੰਸ ਵਿਭਾਗ ਖਾਲਸਾ ਕਾਲਜ ਪਟਿਆਲਾ, ਐਨ ਐਸ ਐਸ ਪ੍ਰੋਗਰਾਮ ਅਫਸਰ ਦਾ ਇੱਥੇ ਪਹੁੰਚਣ 'ਤੇ ਸਵਾਗਤ ਕਰਦਾ ਹਾਂ। ਅਤੇ ਨਾਲ ਦੱਸਣਾ ਚਾਹੁੰਦਾ ਕਿ ਡਾਕਟਰ ਸਾਹਿਬ ਸਬਜੈਕਟ ਦੇ ਵਿੱਚ ਤਾਂ ਆਪਣੇ ਹਿਸਾਬ ਦੇ ਨਾਲ ਕਈ ਸਾਲਾਂ ਤੋਂ ਟੀਚਿੰਗ ਕਰਾ ਹੀ ਰਹੇ ਨੇ, ਨਾਲ ਨਾਲ ਐਨ ਐਸ ਐਸ ਦੀ ਅਹਿਮ ਜ਼ਿੰਮੇਵਾਰੀ ਜਿਹੜੀ ਉਹ ਇੱਥੇ ਨਿਭਾ ਰਹੇ ਨੇ। ਸਤਿਕਾਰਯੋਗ ਡਾਕਟਰ ਸਰਬਜੀਤ ਸਿੰਘ ਜੀ, ਏ ਐਨ ਓ ਐਨ ਸੀ ਸੀ ਵਿੰਗ ਦੇ ਪਿਆਰੇ ਵਿਦਿਆਰਥੀ, ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਅੱਜ ਦੇ ਇਸ ਮੌਕੇ ਮੈਂ ਤੁਹਾਨੂੰ ਸਾਰਿਆਂ ਨੂੰ ਇੰਟਰਨੈਸ਼ਨਲ ਯੂਥ ਡੇ ਦੀਆਂ ਬਹੁਤ ਬਹੁਤ ਮੁਬਾਰਕਾਂ ਦਿੰਦਾ ਅਤੇ ਇਹ ਵੀ ਤੁਹਾਡੇ ਤੋਂ ਉਮੀਦ ਕਰਦਾ ਕਿ ਭਵਿੱਖ ਦੇ ਵਿੱਚ ਤੁਸੀਂ ਜਿਵੇਂ ਹੁਣ ਤੱਕ ਆਪਣੀ ਜ਼ਿੰਮੇਵਾਰੀ ਹੈ ਜਿਹੜੀ ਸੁਸਾਇਟੀ ਦੇ ਵਿੱਚ ਜਾਂ ਪਰਿਵਾਰ ਦੇ ਵਿੱਚ ਅੱਗੇ ਹੋ ਕੇ ਨਿਭਾਉਂਦੇ ਰਹੇ ਹੋ ਜਾਂ ਕਾਲਜ ਦੇ ਵਿੱਚ ਨਿਭਾਉਂਦੇ ਹੋ, ਅੱਗੇ ਹੋਰ ਸ਼ਿੱਦਤ ਦੇ ਨਾਲ ਆਪਣੀ ਡਿਊਟੀ ਹੈ ਜਿਹੜੀ ਉਹ ਨਿਭਾਉਂਗੇ। ਜਦੋਂ ਅਸੀਂ ਗੱਲ ਕਰਦੇ ਹਾਂ ਅੰਤਰਰਾਸ਼ਟਰੀ ਯੂਥ ਦਿਵਸ ਦੀ ਜਾਂ ਇੰਟਰਨੈਸ਼ਨਲ ਯੂਥ ਡੇ ਦੀ, ਤਾਂ ਸਭ ਤੋਂ ਪਹਿਲਾਂ ਸਾਨੂੰ ਪਤਾ ਹੋਣਾ ਚਾਹੀਦਾ ਕਿ ਇਹ ਜਿਹੜਾ ਦਿਨ ਮਨਾਉਣ ਦਾ ਸਿਲਸਿਲਾ ਉਹ ਕਦੋਂ ਸ਼ੁਰੂ ਹੋਇਆ। ਤਾਂ ਯੂਨਾਈਟਿਡ ਨੇਸ਼ਨ ਬਾਰੇ ਜ਼ਿਆਦਾਤਰ ਸਾਰੇ ਨੇ ਸੁਣਿਆ ਹੋਣਾ, ਤੁਸੀਂ ਆਪਣੀ ਆਪਣੀ ਸਿਲੇਬਸ ਦੇ ਵਿੱਚ ਵੀ ਪੜ੍ਹਦੇ ਹੋ। ਤਾਂ ਯੂਨਾਈਟਿਡ ਨੇਸ਼ਨ ਨੇ 1999 ਦੇ ਵਿੱਚ ਇਹ ਰੈਜੋਲਿਊਸ਼ਨ ਹੈ ਜਿਹੜਾ ਪਾਸ ਕੀਤਾ ਸੀ ਕਿ ਅਸੀਂ ਸਾਲ ਦੇ ਵਿੱਚ ਇੱਕ ਦਿਨ ਆ ਜਿਹੜਾ ਉਹ ਨੌਜਵਾਨਾਂ ਨੂੰ ਸਮਰਪਿਤ ਕਰੀਏ ਵਿਸ਼ਵ ਪੱਧਰ ਦੇ ਉੱਤੇ। ਤਾਂ ਯੂ ਐਨ ਦੇ 1999 ਦੇ ਵਿੱਚ ਇਹ ਰੈਜੋਲਿਊਸ਼ਨ ਆ ਜਿਹੜਾ, ਇਹਦੀ ਬੈਕਗਰਾਊਂਡ 25-30 ਸਾਲ ਪੁਰਾਣੀ ਹੈ ਕਿ ਇਹ ਗੱਲਬਾਤ ਜਾਂ ਡਾਇਲੋਗ ਹੈ ਜਿਹੜਾ ਚੱਲਦਾ ਰਿਹਾ ਕਿ ਕੋਈ ਇੱਦਾਂ ਦਾ ਦਿਨ ਸਾਨੂੰ ਮਨਾਉਣਾ ਚਾਹੀਦਾ। ਤਾਂ ਫਾਈਨਲੀ 1999 ਦੇ ਵਿੱਚ ਇਹ ਜਿਹੜਾ ਮਤਾ ਉਹ ਪਾਸ ਹੋਇਆ ਯੂਨਾਈਟਿਡ ਨੇਸ਼ਨ ਅਸੈਂਬਲੀ ਦੇ ਵਿੱਚ। ਅਤੇ ਉਸ ਤੋਂ ਬਾਅਦ 12 ਅਗਸਤ 2000 ਦੇ ਵਿੱਚ ਇਹ ਦਿਨ ਆ ਜਿਹੜਾ ਪਹਿਲੀ ਵਾਰੀ ਉਹ ਮਨਾਇਆ ਗਿਆ। ਅਤੇ ਇਸ ਦਿਨ ਦਾ ਮਕਸਦ ਕੀ ਸੀ, ਤਾਂ ਇਹ ਸਾਨੂੰ ਸਭ ਤੋਂ ਪਹਿਲਾਂ ਇਹ ਪਤਾ ਹੋਣਾ ਚਾਹੀਦਾ, ਇਸ ਦਿਨ ਦਾ ਜਿਹੜਾ ਮੁੱਖ ਮਕਸਦ ਸੀ ਉਹ ਸੀ ਕਿ ਯੂਥ ਹੈ ਜਿਹੜਾ ਉਹਨੂੰ ਅਸੀਂ ਇਹ ਮੰਨਦੇ ਹਾਂ ਕਿ ਜਿਹੜਾ 15 ਸਾਲ ਤੋਂ ਲੈ ਕੇ 22-23-24 ਸਾਲ ਤੱਕ ਦੀ ਜਿਹੜੀ ਉਮਰ ਦਾ ਯੂਥ ਹੈ ਉਹ ਸਾਡੀ ਸੁਸਾਇਟੀ ਦੇ ਵਿੱਚ ਜਾਂ ਸਾਡੇ ਸਮਾਜ ਦੇ ਵਿੱਚ ਉਹ ਵੱਡਾ ਹਿੱਸਾ ਰਿਪ੍ਰਜੈਂਟ ਕਰਦਾ। ਤਾਂ ਯੂਥ ਦੀਆਂ ਸਮੱਸਿਆਵਾਂ ਕੀ ਨੇ, ਯੂਥ ਦੀਆਂ ਅਚੀਵਮੈਂਟਸ ਕੀ ਨੇ, ਉਹਨਾਂ ਨੂੰ ਗਲੋਬਲ ਪੱਧਰ 'ਤੇ ਲੈ ਕੇ ਜਾਣਾ ਇਸ ਦਿਨ ਦਾ ਉਦੇਸ਼ ਸੀ ਕਿ ਜਿਹੜਾ ਯੂਥ ਹੈ ਉਹਦੀਆਂ ਸਮੱਸਿਆਵਾਂ ਕਿੱਦਾਂ ਦੀਆਂ ਸਮੱਸਿਆਵਾਂ। ਜ਼ਰੂਰੀ ਨਹੀਂ ਹੁੰਦਾ ਕਿ ਸਭ ਨੂੰ ਬਰਾਬਰ ਮੌਕੇ ਮਿਲਦੇ ਹੋਣ, ਬਹੁਤ ਸਾਰੀਆਂ ਰੁਕਾਵਟਾਂ
ਯੂਥ ਦੇ ਰਸਤੇ 'ਚ ਬਚਪਨ ਦੇ ਵਿੱਚ ਆਉਂਦੀਆਂ ਨੇ ਜਿਨ੍ਹਾਂ ਦੇ ਵਿੱਚ ਗਰੀਬੀ ਹੋ ਸਕਦੀ ਹੈ, ਅਨਪੜ੍ਹਤਾ ਹੋ ਸਕਦੀ ਹੈ, ਠੀਕ ਹੈ, ਕਈਆਂ ਨੂੰ ਪ੍ਰਾਇਮਰੀ ਐਜੂਕੇਸ਼ਨ ਵੀ ਨਸੀਬ ਨਹੀਂ ਹੁੰਦੀ। ਆਪਾਂ ਉਸ ਟਾਈਮ ਦੀ ਗੱਲ ਕਰਦੇ ਹਾਂ, ਅੱਜ ਚਲੋ ਥੋੜ੍ਹਾ ਬਹੁਤਾ ਸੁਧਾਰ ਹੋਇਆ ਸਿਚੁਏਸ਼ਨ ਦੇ ਵਿੱਚ, ਹਾਲੇ ਵੀ ਕਿਤੇ ਨਾ ਕਿਤੇ ਬਹੁਤ ਜਗ੍ਹਾ ਸਾਨੂੰ ਇੱਦਾਂ ਦੇ ਬਹੁਤ ਏਰੀਆ ਦੇ ਇੱਦਾਂ ਦੇ ਮਿਲਣਗੇ ਜਿੱਥੇ ਹਾਲੇ ਵੀ ਬੱਚੇ ਨੇ ਜਿਹੜੇ ਪ੍ਰਾਇਮਰੀ ਐਜੂਕੇਸ਼ਨ ਤੋਂ ਦੂਰ ਨੇ, ਤਾਂ ਉਹਨਾਂ ਨੂੰ ਉਹਨਾਂ ਦੀਆਂ ਸਮੱਸਿਆਵਾਂ ਨੂੰ ਵਿਸ਼ਵ ਪੱਧਰ 'ਤੇ ਲੈ ਕੇ ਜਾਣਾ, ਅਤੇ ਯੂਥ ਹੈ ਜਿਹੜਾ ਉਹ ਦੇਸ਼ ਦੇ ਲਈ ਜਾਂ ਦੇਸ਼ ਦੀ ਡਿਵੈਲਪਮੈਂਟ ਦੇ ਵਿੱਚ ਕੀ ਕੰਟਰੀਬਿਊਟ ਕਰਦਾ। ਹਰੇਕ ਦੇਸ਼ ਦਾ ਯੂਥ ਵੱਡੇ ਗਿਣਤੀ ਦੇ ਵਿੱਚ, ਹਰੇਕ ਦੇਸ਼ ਦੇ ਵਿੱਚ ਯੂਥ ਨੇ ਜਿਹੜੇ, ਜਾਂ 15 ਸਾਲ ਤੋਂ ਲੈ ਕੇ 24-25 ਸਾਲ ਤੱਕ ਦੇ ਜਿਹੜੇ ਨੌਜਵਾਨ ਨੇ ਉਹ ਪਾਏ ਜਾਂਦੇ ਨੇ, ਤਾਂ ਉਹਨਾਂ ਦਾ ਉਸ ਦੇਸ਼ ਦੀ ਜਾਂ ਵਿਸ਼ਵ ਦੀ ਤਰੱਕੀ ਦੇ ਵਿੱਚ ਕੀ ਕੰਟਰੀਬਿਊਸ਼ਨ ਹੈ ਜਾਂ ਕੀ ਯੋਗਦਾਨ ਹੈ, ਇਸ ਚੀਜ਼ ਨੂੰ ਵੀ ਦੁਨੀਆ ਦੇ ਸਾਹਮਣੇ ਲੈ ਕੇ ਜਾਣਾ, ਉਹਨੂੰ ਹਾਈਲਾਈਟ ਕਰਨਾ, ਉਹਨਾਂ ਦੀਆਂ ਪ੍ਰਾਪਤੀਆਂ ਨੂੰ ਜਾਂ ਅਚੀਵਮੈਂਟ ਨੂੰ, ਉਹਨਾਂ ਦੀਆਂ ਸਮੱਸਿਆਵਾਂ ਅਤੇ ਉਹਨਾਂ ਦੀਆਂ ਅਚੀਵਮੈਂਟਸ ਨੂੰ ਵਿਸ਼ਵ ਦੇ ਸਾਹਮਣੇ ਲੈ ਕੇ ਜਾਣ ਦੇ ਉਦੇਸ਼ ਦੇ ਨਾਲ ਹੀ ਦੇਣਾ ਜਿਹੜਾ ਸ਼ੁਰੂ ਕੀਤਾ ਗਿਆ ਸੀ। ਕਿਸੇ ਟਾਈਮ ਗੱਲ ਚੱਲਦੀ ਸੀ ਡਿਵੈਲਪਮੈਂਟ ਦੀ ਜਾਂ ਵਿਕਾਸ ਦੀ, ਕਿ ਵਿਕਾਸ ਹੋਣਾ ਚਾਹੀਦਾ, ਵਿਕਾਸ ਦੇ ਨਾਲ ਸਾਡਾ ਜਿਹੜਾ ਡੇਲੀ ਜੀਵਨ ਹੈ ਉਹ ਠੀਕ ਹੋਊਗਾ, ਸਾਡੀਆਂ ਸਮੱਸਿਆਵਾਂ ਦਾ ਹੱਲ ਹੋਜੂਗਾ, ਡਿਵੈਲਪਮੈਂਟ ਹੋਈ। ਬਟ ਹੁਣ ਗੱਲ ਚੱਲਦੀ ਹੈ ਸਸਟੇਨੇਬਲ ਡਿਵੈਲਪਮੈਂਟ ਦੀ, ਟਿਕਾਊ ਵਿਕਾਸ ਦੀ, ਕਿ ਡਿਵੈਲਪਮੈਂਟ ਹੋਣੀ ਚਾਹੀਦੀ ਹੈ ਬਟ ਉਹ ਸਸਟੇਨ ਹੋਣੀ ਚਾਹੀਦੀ ਹੈ, ਕੰਟੀਨਿਊਸ ਪ੍ਰੋਸੈਸ ਹੋਣਾ ਚਾਹੀਦਾ, ਲਗਾਤਾਰ ਚੱਲਣ ਵਾਲੀ ਡਿਵੈਲਪਮੈਂਟ ਹੈ ਜਿਹੜੀ ਉਹ ਹੋਣੀ। ਇਹ ਨਹੀਂ ਕਿ ਜੇ ਅੱਜ ਕਿਸੇ ਚੀਜ਼ ਦੇ ਵਿੱਚ ਅਸੀਂ ਕੋਈ ਡਿਵੈਲਪਮੈਂਟ ਕੀਤੀ ਹੈ ਤਾਂ 2 ਸਾਲ ਬਾਅਦ, 5 ਸਾਲ ਬਾਅਦ, 10 ਸਾਲ ਬਾਅਦ ਉਹਦਾ ਕੋਈ ਰੈਲੇਵੈਂਸ ਨਾ ਹੋਵੇ, ਉਹ ਟਿਕੀ ਹੋਣੀ ਚਾਹੀਦੀ ਹੈ, ਸਸਟੇਨ ਹੋਣੀ ਚਾਹੀਦੀ ਹੈ ਲੰਬੇ ਸਮੇਂ ਦੇ ਲਈ। ਤਾਂ ਉਹਦੇ 'ਚ ਯੂਥ ਦਾ ਕੀ ਯੋਗਦਾਨ ਹੈ, ਯੂਥ ਕਿੱਦਾਂ ਆਪਣੇ ਆਪ ਨੂੰ ਵਿਕਾਸ ਦੇ ਲਈ ਸਮਰਪਿਤ ਹੈ ਜਿਹੜਾ ਉਹ ਕਰ ਸਕਦਾ। ਤਾਂ ਅੱਜ ਦੇ ਟਾਈਮ ਦੇ ਵਿੱਚ ਜਦੋਂ ਅਸੀਂ ਡਿਜੀਟਲ ਮੀਡੀਆ ਦੀ ਗੱਲ ਕਰਦੇ ਹਾਂ ਆਪਾਂ, ਜਾਂ ਆਪਾਂ ਆਰਟੀਫਿਸ਼ਲ ਇੰਟੈਲੀਜੈਂਸ ਦੀ ਪ੍ਰੈਜੈਂਟ ਦੀ ਗੱਲ ਕਰਦੇ ਹਾਂ, ਤਾਂ ਇਸ ਸਾਲ ਦਾ ਜਿਹੜਾ ਇੰਟਰਨੈਸ਼ਨਲ ਯੂਥ ਡੇ ਦਾ ਥੀਮ ਵੀ ਇਸੇ ਚੀਜ਼ ਨੂੰ ਸਮਰਪਿਤ ਹੈ ਜਿਹੜਾ ਕੀਤਾ ਗਿਆ, ਡਿਜੀਟਲਾਈਜੇਸ਼ਨ ਨੂੰ। ਕਿਉਂ? ਕਿਉਂਕਿ ਅੱਜ ਦੇ ਟਾਈਮ 'ਤੇ ਜਿਹੜਾ ਯੂਥ ਹੈ ਉਹ ਜਿੰਨਾ ਵੀ ਇੰਟਰਨੈਟ 'ਤੇ ਡਾਟਾ ਕੰਜ਼ਿਊਮ ਹੁੰਦਾ ਵਰਲਡ ਵਾਈਡ, ਉਹਦਾ ਵੱਡਾ ਹਿੱਸਾ ਜਿਹੜਾ ਉਹ ਯੂਥ ਵੱਲੋਂ ਕੰਜ਼ਿਊਮ ਕੀਤਾ ਜਾਂਦਾ। ਤਾਂ ਇਸ ਕਰਕੇ ਕਿ ਉਹ ਟੈਕਨੋਲੋਜੀ ਨੂੰ ਆਪਾਂ ਕਿਵੇਂ ਯੂਥ ਦੀ ਡਿਵੈਲਪਮੈਂਟ ਦੇ ਲਈ ਵਰਤ ਸਕਦੇ ਹਾਂ, ਜਾਂ ਯੂਥ ਦੀਆਂ ਸਮੱਸਿਆਵਾਂ ਨੂੰ ਉਭਾਰਨ ਦੇ ਲਈ ਵਰਤ ਸਕਦੇ ਹਾਂ, ਇਸ ਚੀਜ਼ 'ਤੇ ਫੋਕਸ ਆ ਜਿਹੜਾ ਕੀਤਾ ਗਿਆ। ਤਾਂ ਕਾਲਜ ਦੇ ਸਟੂਡੈਂਟ ਹੋਣ ਦੇ ਨਾਤੇ ਮੈਂ ਕੋਈ ਬਹੁਤ ਲੰਮਾ ਚੌੜਾ ਲੈਕਚਰ ਨਹੀਂ ਦੇਣਾ ਤੁਹਾਨੂੰ, 2-3 ਗੱਲਾਂ ਨੇ ਜਿਹੜੀਆਂ ਸਾਨੂੰ ਇਸ ਯੂਥ ਡੇ ਦੇ ਉੱਤੇ ਸਾਨੂੰ ਆਪਣੇ ਧਿਆਨ ਦੇ ਵਿੱਚ, ਆਪਣੇ ਜੀਵਨ ਦੇ ਵਿੱਚ ਅਪਣਾਉਣੀਆਂ ਚਾਹੀਦੀਆਂ ਨੇ। ਸਭ ਤੋਂ ਪਹਿਲਾਂ ਤੁਹਾਡੇ ਲਈ ਕੀ ਜ਼ਰੂਰੀ ਹੈ ਕਿ ਤੁਸੀਂ ਕਿਵੇਂ ਆਪਣਾ ਯੋਗਦਾਨ ਜਿਹੜਾ ਪਾ ਸਕਦੇ ਹੋ, ਤਾਂ ਉਹਦੇ ਲਈ ਸਭ ਤੋਂ ਪਹਿਲਾਂ ਹੈ ਕਿ ਅਟੈਂਡ ਯੂਥ ਕੈਂਪ ਔਰ ਐਕਟੀਵਿਟੀਜ਼। ਸਭ ਤੋਂ ਪਹਿਲਾਂ ਜਿਹੜਾ ਤੁਹਾਡਾ ਯੋਗਦਾਨ ਹੈ ਉਹ ਇਹ ਹੈ ਕਿ ਜਿੰਨੀਆਂ ਵੀ ਤੁਹਾਡੇ ਰਿਲੇਟਡ ਐਕਟੀਵਿਟੀਜ਼ ਹੁੰਦੀਆਂ ਨੇ ਜਾਂ ਕੈਂਪ ਹੁੰਦੇ ਨੇ, ਜਿਵੇਂ ਨੈਸ਼ਨਲ ਇੰਟੈਗ੍ਰੇਸ਼ਨ ਕੈਂਪ, ਜਿਹੜੇ NSS ਜਾਂ NCC ਦੇ ਵਿੱਚ ਨਾਲ ਬੱਚੇ ਜੁੜੇ ਹੋਏ ਨੇ, ਉਹਨਾਂ ਨੂੰ ਪਤਾ ਸ਼ਾਇਦ ਇਹ ਚੀਜ਼ਾਂ ਦਾ ਕਿ ਉਹਨਾਂ 'ਚ ਸਾਨੂੰ ਪਾਰਟੀਸਪੇਟ ਕਰਨਾ ਚਾਹੀਦਾ। ਉਹਦੇ ਨਾਲ ਕੀ ਹੈ, ਸਾਡੀ ਪਰਸਨੈਲਿਟੀ ਹੈ ਜਿਹੜੀ ਉਹ ਡਿਵੈਲਪ ਹੋਊਗੀ, ਅਤੇ ਉਸ ਡਿਵੈਲਪਮੈਂਟ ਦੇ ਨਾਲ ਫਿਰ ਜਿੰਨਾ ਸਾਡੀ ਪਰਸਨੈਲਿਟੀ ਡਿਵੈਲਪਮੈਂਟ ਹੋਊਗੀ, ਉਨਾ ਅਸੀਂ ਡਿਵੈਲਪ ਹੋਵਾਂਗੇ, ਸਾਡੀ ਫੈਮਿਲੀ ਡਿਵੈਲਪ ਹੋਊਗੀ, ਸਾਡੀ ਸੁਸਾਇਟੀ, ਸਾਡਾ ਦੇਸ਼ ਡਿਵੈਲਪ ਹੋਊਗਾ। ਤਾਂ ਸਭ ਤੋਂ ਪਹਿਲਾਂ ਸਾਡੀ ਇਹ ਡਿਊਟੀ ਬਣਦੀ ਹੈ ਕਿ ਅਸੀਂ ਵੱਧ ਤੋਂ ਵੱਧ ਯੂਥ ਓਰੀਐਂਟਡ ਜਿਹੜੀਆਂ ਐਕਟੀਵਿਟੀਜ਼ ਨੇ ਉਹਨਾਂ ਦੇ ਵਿੱਚ ਪਾਰਟੀਸਪੇਟ ਕਰੀਏ,
ਕਾਲਜ ਦੇ ਵਿੱਚ ਵੀ ਬਹੁਤ ਸਾਰੀ ਐਕਟੀਵਿਟੀਜ਼ ਹੁੰਦੀਆਂ ਨੇ, ਯੂਥ ਫੈਸਟੀਵਲ ਹੁੰਦਾ ਹੈ, NSS ਹੈ, NCC ਹੈ ਜਾਂ ਹੋਰ ਵੀ ਯੂਥ ਕਲੱਬ ਹੈ, ਰੈੱਡ ਕਰਾਸ ਹੈ, ਕਿੰਨੀ ਜਾਂ ਡਿਪਾਰਟਮੈਂਟਲ ਐਕਟੀਵਿਟੀਜ਼ ਹੁੰਦੀਆਂ ਨੇ, ਤਾਂ ਸਾਨੂੰ ਕਿਤਾਬਾਂ ਦੇ ਨਾਲ ਨਾਲ ਜਾਂ ਕਿਤਾਬੀ ਗਿਆਨ ਦੇ ਨਾਲ ਨਾਲ ਉਹ ਚੀਜ਼ਾਂ ਨਾਲ ਵੀ ਜੁੜਨਾ ਚਾਹੀਦਾ। ਉੱਥੋਂ ਵੀ ਅਸੀਂ ਬਹੁਤ ਕੁਝ ਸਿੱਖਦੇ ਹਾਂ ਜਾਂ ਬਹੁਤ ਸੁਧਾਰ ਹੈ ਜਿਹੜਾ ਆਪਣੀ ਪਰਸਨੈਲਿਟੀ ਦੇ ਵਿੱਚ ਕਰ ਸਕਦੇ ਹਾਂ। ਦੂਸਰੀ ਜਿਹੜੀ ਆਪਾਂ ਗੱਲ ਕਰਦੇ ਹਾਂ ਕਿ ਪਲੇ ਯੂਅਰ ਪਾਰਟ, ਜਿੱਥੇ ਵੀ ਹੋ ਜਿਹੜਾ ਵੀ ਰੋਲ ਹੈ ਤੁਹਾਡਾ, ਕੋਸ਼ਿਸ਼ ਕਰੋ ਕਿ ਉਹਨੂੰ ਵਧੀਆ ਤਰੀਕੇ ਨਾਲ ਨਿਭਾਇਆ ਜਾਵੇ। ਜੇ ਸਟੂਡੈਂਟ ਹੋ ਇਸ ਟਾਈਮ 'ਤੇ ਤੁਸੀਂ ਕਲਾਸਰੂਮ ਦੇ ਵਿੱਚ ਹੋ ਤਾਂ ਇੱਕ ਵਧੀਆ ਸਟੂਡੈਂਟ ਦਾ ਰੋਲ ਪਲੇ ਕਰੋ, ਕਲਾਸਾਂ ਲਾਓ, ਠੀਕ ਹੈ, ਅਤੇ ਪੜ੍ਹਾਈ ਦੇ ਵਿੱਚ ਐਕਸੀਡੈਂਟ ਹੋਵੋ, ਠੀਕ ਹੈ, ਵਧੀਆ ਅਚੀਵ ਕਰੋ। ਦੂਸਰਾ ਜੇ ਅਸੀਂ ਫੈਮਿਲੀ ਦੇ ਵਿੱਚ ਹਾਂ ਤਾਂ ਫੈਮਿਲੀ ਦੇ ਵਿੱਚ ਐਜ਼ ਅ ਬ੍ਰਦਰ, ਐਜ਼ ਅ ਸਿਸਟਰ, ਸਨ, ਡਾਟਰ, ਜੋ ਵੀ ਸਾਡਾ ਰੋਲ ਹੈ ਅਸੀਂ ਉਹਨੂੰ ਵਧੀਆ ਤਰੀਕੇ ਨਾਲ ਨਿਭਾਈਏ। ਅਤੇ ਜਦੋਂ ਅਸੀਂ ਦੇਸ਼ ਦੀ ਗੱਲ ਕਰਦੇ ਹਾਂ ਤਾਂ ਦੇਸ਼ ਦੇ ਵਿੱਚ ਵੀ ਸਾਡਾ ਜੋ ਰੋਲ ਹੈ ਅਸੀਂ ਉਹਨੂੰ ਵਧੀਆ ਤਰੀਕੇ ਨਾਲ ਨਿਭਾਈਏ। ਪਰ ਕਈ ਵਾਰੀ ਅਸੀਂ ਕਈ ਚੀਜ਼ਾਂ ਦੇ ਜਿਹੜੀ ਅਣਗਹਿਲੀ ਹੈ ਉਹ ਕਰ ਲੈਂਦੇ ਹਾਂ ਕਿ ਅਸੀਂ ਸਹੀ ਤਰੀਕੇ ਦੇ ਨਾਲ ਆਪਣਾ ਜਿਹੜਾ ਰੋਲ ਆ ਉਹ ਪਲੇ ਨਹੀਂ ਕਰਦੇ। ਫਾਰ ਐਗਜ਼ਾਮਪਲ ਜੇ ਮੈਂ ਆਪਣੇ ਸਬਜੈਕਟ ਦੀ ਗੱਲ ਕਰਾਂ ਤਾਂ ਉਹ ਸਾਰੇ ਨੂੰ ਪਤਾ, ਸਾਰੇ ਹੀ ਸੁਣਦੇ ਪੜ੍ਹਦੇ ਹੋ ਕਿ 18 ਸਾਲ ਦੀ ਉਮਰ ਫਿਕਸ ਕੀਤੀ ਗਈ ਹੈ ਵੋਟ ਬਣਾਉਣ ਦੇ ਲਈ, ਠੀਕ ਹੈ, ਵੋਟ ਦੇ ਨਾਲ ਅਸੀਂ ਆਪਣਾ ਭਵਿੱਖ ਹੈ ਜਿਹੜਾ ਉਹ ਸੰਵਾਰ ਸਕਦੇ ਹਾਂ। ਪਰ ਸਾਡੇ ਚੋਂ ਮੈਜੋਰਿਟੀ ਸਟੂਡੈਂਟ ਇੱਦਾਂ ਦੇ ਹੋਣਗੇ ਜਿਹੜੇ ਸ਼ਾਇਦ 18 ਸਾਲ ਦੇ ਹੋ ਚੁੱਕੇ ਨੇ, 19-20 ਦੇ ਵੀ ਹੋਣਗੇ ਜਾਂ ਉਹ ਤੋਂ ਵੀ ਜ਼ਿਆਦਾ ਉਮਰ ਹੋ ਸਕਦੀ ਹੈ, ਬਟ ਹਾਲੇ ਤੱਕ ਉਹ ਐਜ਼ ਅ ਵੋਟਰ ਰਜਿਸਟਰ ਨਹੀਂ ਹੋਏ। ਅਤੇ ਜੇ ਹੋ ਗਏ ਤਾਂ ਉਹ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਆ ਜਿਹੜੀ ਉਹ ਨਹੀਂ ਕਰਦੇ। ਤਾਂ ਇੱਥੇ ਸਾਡੀ ਇਹ ਡਿਊਟੀ ਹੈ ਕਿ ਅਸੀਂ ਆਪ, ਕਿਉਂਕਿ ਅਸੀਂ ਐਜੂਕੇਟਡ ਹਾਂ, ਅਸੀਂ ਪੜ੍ਹੇ ਲਿਖੇ ਹਾਂ, ਸਭ ਤੋਂ ਪਹਿਲਾਂ ਤਾਂ ਕਿ ਇਸ ਜਿਹੜਾ ਸਾਨੂੰ ਰਾਈਟ ਟੂ ਵੋਟ ਮਿਲਿਆ ਉਹਨੂੰ ਅਸੀਂ ਸਮਝੀਏ, ਉਹਦੇ ਲਈ ਆਪਣੀ ਵੋਟ ਬਣਾਈਏ ਅਤੇ ਵੋਟ ਪਾਉਣ ਜਾਈਏ। ਦੂਸਰਾ ਹੈ ਕਿ ਅਸੀਂ ਆਪਣੇ ਫਰੈਂਡ ਸਰਕਲ ਨੂੰ ਵੀ ਮੋਟੀਵੇਟ ਕਰੀਏ ਜਾਂ ਉਹਨਾਂ ਨੂੰ ਵੀ ਇਨਕਰੇਜ ਕਰੀਏ ਕਿ ਉਹ ਵੀ ਆਪਣੀ ਵੋਟ ਬਣਾਉਣ, ਜਾਂ ਆਪਣੇ ਗਲੀ ਗੁਆਂਢ ਦੇ ਵਿੱਚ ਜੇ ਕੋਈ ਵੋਟ ਪਾਉਣ ਨਹੀਂ ਜਾਂਦਾ, ਕਈ ਵਾਰੀ ਸਾਡੇ ਪੇਰੈਂਟਸ ਹੋ ਸਕਦਾ ਕਿ ਕਿਸੇ ਘਰ ਨਹੀਂ ਜਾ ਸਕਦੇ, ਅਸੀਂ ਉਹਨਾਂ ਦੀ ਹੈਲਪ ਕਰੀਏ, ਤਾਂ ਇਹ ਸਾਡੀ ਡਿਊਟੀ ਹੈ। ਇਹਦੇ ਨਾਲ ਕੀ ਹੈ ਕਿ ਅਸੀਂ ਸੁਸਾਇਟੀ ਦੀ ਡਿਵੈਲਪਮੈਂਟ, ਜੇ ਅਸੀਂ ਚੰਗੀ ਸਰਕਾਰ ਚੁਣਾਂਗੇ, ਠੀਕ ਹੈ, ਉਹਦੇ ਨਾਲ ਕੀ ਹੈ ਕਿ ਸਾਡਾ ਦੇਸ਼ ਹੈ ਜਿਹੜਾ ਉਹ ਡਿਵੈਲਪ ਹੋਊਗਾ। ਇੱਦਾਂ ਅਸੀਂ ਡਿਵੈਲਪਮੈਂਟ ਦੇ ਵਿੱਚ ਆਪਣਾ ਰੋਲ ਪਲੇ ਕਰ ਸਕਦੇ ਹਾਂ। ਜਿਵੇਂ ਤੁਹਾਡੇ 'ਚੋਂ ਬਹੁਤ ਸਾਰਿਆਂ ਦੇ ਭੈਣ ਭਰਾ ਜਾਂ ਹੋ ਸਕਦਾ ਤੁਹਾਡੇ 'ਚੋਂ ਕੋਈ ਅਬਰੋਡ ਗਿਆ ਹੋਵੇ ਜਾਂ ਜਾਣਾ ਚਾਹੁੰਦਾ ਹੋਵੇ, ਉੱਥੇ ਦੇਖੋ ਕਿ ਸਾਰਾ ਯੂਥ ਹੀ ਉੱਥੇ ਜਾ ਰਿਹਾ ਸਾਡੇ ਦੇਸ਼ ਦੇ ਵਿੱਚੋਂ। ਇਸ ਸਾਲ ਥੋੜ੍ਹਾ ਜਿਹਾ ਟ੍ਰੈਂਡ ਘਟਿਆ ਲੱਗਦਾ, ਤਾਂ ਉੱਥੋਂ ਦੀ ਜਿਹੜੀ ਇਕੋਨਮੀ ਹੈ ਜਾਂ ਉੱਥੋਂ ਦੀ ਜਿਹੜੀ ਤਰੱਕੀ ਹੈ ਉਹ 'ਚ ਰੋਲ ਕੌਣ ਪਲੇ ਕਰਦਾ? ਸਾਡਾ ਯੂਥ, ਠੀਕ ਹੈ। ਇਸ ਕਰਕੇ ਇਹ ਸਾਡੀ, ਜੇ ਅਸੀਂ ਇੱਥੇ ਹਾਂ ਤਾਂ ਸਾਡੀ ਡਿਊਟੀ ਬਣਦੀ ਹੈ ਕਿ ਅਸੀਂ ਆਪਣਾ ਰੋਲ ਹੈ ਜਿਹੜਾ ਉਹ ਦੇਸ਼ ਦੀ ਉੱਨਤੀ ਦੇ ਵਿੱਚ ਆਪਣਾ ਜਿਹੜਾ ਬਣਦਾ ਯੋਗਦਾਨ ਹੈ ਉਹ ਪਾਈਏ। ਫਿਰ ਤੀਸਰੀ ਅਸੀਂ ਗੱਲ ਕਰਦੇ ਹਾਂ ਕਿ ਪਾਰਟੀਸਪੇਟ ਇਨ ਇੰਟਰ ਜਨਰੇਸ਼ਨਲ ਜਿਹੜੀਆਂ ਡਿਸਕਸ਼ਨਸ ਹੁੰਦੀਆਂ ਨੇ, ਅੰਤਰ ਪੀੜ੍ਹੀ ਸੰਵਾਦ ਜਿਹਨੂੰ ਆਪਾਂ ਕਹਿੰਦੇ ਹਾਂ, ਕਿ ਉਹਦੇ 'ਚ ਵੀ ਸਾਨੂੰ ਪਾਰਟੀਸਪੇਟ ਕਰਨਾ ਚਾਹੀਦਾ ਜਾਂ ਗੱਲਬਾਤ। ਜਿਵੇਂ ਸੁਸਾਇਟੀ ਦੇ ਵਿੱਚ 2 ਜਾਂ 3 ਜਨਰੇਸ਼ਨ ਦੇ ਲੋਕ ਰਹਿੰਦੇ ਨੇ, ਇੱਕ ਸਾਡੀ ਹੈ, ਇੱਕ ਸਾਡੇ ਤੋਂ ਛੋਟੇ ਹੋ ਸਕਦੇ ਨੇ, ਇੱਕ ਵੱਡੇ ਹੋ ਸਕਦੇ ਨੇ, ਉਹਨਾਂ ਤੋਂ ਵੱਡੇ ਹੋ ਸਕਦੇ ਨੇ, ਤਾਂ ਸਾਨੂੰ ਉਹਨਾਂ ਦੇ ਨਾਲ ਵੀ ਡਾਇਲੋਗ ਹੈ ਜਿਹੜਾ ਕਰਨਾ ਚਾਹੀਦਾ। ਅੱਜ ਦੇ ਇਸ ਮੁਬਾਰਕ ਮੌਕੇ 'ਤੇ ਮੈਂ GIN ਕਹਿੰਦਾ ਕਾਲਜ ਪ੍ਰਿੰਸੀਪਲ ਡਾਕਟਰ ਧਰਮਿੰਦਰ ਸਿੰਘ ਜੀਵਾ ਨੂੰ ਕਿ ਸਰ ਨੇ ਆਪਣੇ ਰੁਝੇਵੇਂ ਪਰ ਇਸ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਵਿਦਿਆਰਥੀ ਨੂੰ ਆਸ਼ੀਰਵਾਦ ਦੇਣ ਪਹੁੰਚੇ ਨੇ। ਤਾਂ ਆਪਾਂ ਗੱਲ ਕਰਦੇ ਸੀ ਕਿ ਜਿਹੜੀ
ਅੰਤਰ ਪੀੜ੍ਹੀ ਸੰਵਾਦ ਹੈ ਜਿਹੜਾ, ਠੀਕ ਹੈ, ਉਹ ਵੀ ਸਾਨੂੰ ਵੱਧ ਤੋਂ ਵੱਧ ਉਹਦੇ 'ਚ ਪਾਰਟੀਸਪੇਟ ਕਰਨਾ ਚਾਹੀਦਾ। ਉਹ ਬੇਸ਼ੱਕ ਕਾਲਜ ਲੈਵਲ 'ਤੇ ਹੋਵੇ, ਠੀਕ ਹੈ, ਤੁਸੀਂ ਆਪਣੇ ਟੀਚਰਸ ਨਾਲ ਗੱਲਬਾਤ ਕਰ ਸਕਦੇ ਹੋ, ਤੁਸੀਂ ਆਪਣੇ ਪਰਿਵਾਰ ਦੇ ਨਾਲ ਗੱਲ ਕਰ ਸਕਦੇ ਹੋ, ਆਪਣੇ ਦਾਦੇ ਦਾਦੀਆਂ ਦੇ ਨਾਲ ਗੱਲ ਕਰ ਸਕਦੇ ਹੋ। ਉਹਦੇ ਨਾਲ ਵੀ ਅਸੀਂ ਆਪਣੀ ਸੁਸਾਇਟੀ ਦੇ ਵਿੱਚ ਚੰਗੀਆਂ ਕਦਰਾਂ ਕੀਮਤਾਂ ਜਿਹੜੀਆਂ ਉਹ ਡਿਵੈਲਪ ਕਰਾਂਗੇ। ਜਿੰਨੀਆਂ ਵੈਲਿਊ ਚੰਗੀਆਂ ਹੋਣਗੀਆਂ ਸਾਡੀਆਂ ਜਾਂ ਜਿੰਨੀਆਂ ਸਾਡੀਆਂ ਕਦਰਾਂ ਕੀਮਤਾਂ ਚੰਗੀਆਂ ਹੋਣਗੀਆਂ, ਉਹਦੇ ਨਾਲ ਅਸੀਂ ਆਪਣੀ ਸੁਸਾਇਟੀ, ਆਪਣੇ ਦੇਸ਼ ਦੇ ਉੱਨਤੀ ਦੇ ਵਿੱਚ ਜਾਂ ਡਿਵੈਲਪਮੈਂਟ ਦੇ ਵਿੱਚ ਵੀ ਆਪਣਾ ਰੋਲ ਪਲੇ ਕਰ ਸਕਦੇ ਹਾਂ। ਹੁਣ ਮੈਂ ਜ਼ਿਆਦਾ ਸਮਾਂ ਨਾ ਲੈਂਦਾ, ਕਾਲਜ ਪ੍ਰਿੰਸੀਪਲ ਡਾਕਟਰ ਧਰਮਿੰਦਰ ਸਿੰਘ ਗੁੱਪਾ ਜੀ ਨੂੰ ਬੇਨਤੀ ਕਰਦਾ ਅਤੇ ਉਹ ਮੰਚ 'ਤੇ ਆਉਣ ਅਤੇ ਆਪਣੇ ਵਿਚਾਰ ਵਿਦਿਆਰਥੀਆਂ ਨਾਲ ਸਾਂਝੇ ਕਰਨ। ਡਾਕਟਰ ਸਰਬਜੀਤ ਸਿੰਘ ਅਤੇ ਪਿਆਰੇ ਵਿਦਿਆਰਥੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਅੱਜ ਦੇ ਇਸ ਦਿਹਾੜੇ ਦੀ ਮੁਬਾਰਕਬਾਦ ਦਿੰਦਾ ਔਰ ਇਹ ਆਸ ਵੀ ਕਰਦਾ ਕਿ ਸਾਡਾ ਯੁਵਕ, ਸਾਡਾ ਨੌਜਵਾਨ, ਸਾਡਾ ਯੂਥ ਆਪਣੀਆਂ ਜ਼ਿੰਮੇਵਾਰੀਆਂ ਨੂੰ ਬਹੁਤ ਵਧੀਆ ਤਰੀਕੇ ਨਾਲ ਪਹਿਚਾਣਦਾ ਹੋਇਆ ਸਾਡੇ ਦੇਸ਼ ਦੇ, ਸਾਡੇ ਸੂਬੇ ਦੇ ਵਿਕਾਸ ਦਾ ਹਿੱਸਾ ਬਣੇਗਾ। ਪਿਆਰੇ ਵਿਦਿਆਰਥੀਓ, ਹਿੰਦੁਸਤਾਨ ਬਾਰੇ ਇੱਕ ਬਹੁਤ ਵੱਡੀ ਜਿਹੜੀ ਗੱਲ ਕਹੀ ਜਾਂਦੀ ਆ ਅੱਜ ਦੇ ਪ੍ਰਸੰਗ ਦੇ ਵਿੱਚ, ਉਹ ਇਹ ਹੈ ਕਿ ਇੰਡੀਆ ਇਜ਼ ਏ ਕੰਟਰੀ ਵਿਦ ਦ ਮੈਕਸੀਮਮ ਯੰਗੈਸਟ ਪਾਪੂਲੇਸ਼ਨ। ਨੌਜਵਾਨਾਂ ਦੀ ਬਹੁਤ ਵੱਡੀ ਗਿਣਤੀ ਦੀ ਆਬਾਦੀ ਵਾਲਾ ਦੇਸ਼ ਇਹ ਹੈਗਾ ਔਰ ਜਿੱਥੇ ਯੂਥ ਦੀ ਇੰਨੀ ਗਿਣਤੀ ਹੋਵੇ ਉੱਥੇ ਤੁਸੀਂ ਬਹੁਤ ਵੱਡੇ ਜਿਹੜੇ ਡਿਵੀਡੈਂਡ ਨੇ ਦੇਸ਼ ਲਈ, ਵਿਕਾਸ ਲਈ, ਸਮੁੱਚੀ ਤਰੱਕੀ ਲਈ ਪ੍ਰਾਪਤ ਕਰ ਸਕਦੇ। ਬਟ ਦ ਕੁਸਚਨ ਇਸ ਕਿ ਉਸ ਯੂਥ ਲਈ ਸਾਨੂੰ ਸਾਰਥਿਕ, ਸਾਨੂੰ ਚੇਤਨ ਯਤਨ ਕਰਨੇ ਪੈਣਗੇ। ਜਿੰਨੇ ਇਸ ਵੇਲੇ ਸੋ ਕਾਲਡ ਡਿਵੈਲਪਡ ਕੰਟਰੀਜ਼ ਨੇ, ਚਾਹੇ ਉਹ ਕੈਨੇਡਾ ਲੈ ਲਵੋ, ਚਾਹੇ ਉਹ ਨਿਊਜ਼ੀਲੈਂਡ ਲੈ ਲਵੋ, ਚਾਹੇ ਉਹ ਆਸਟ੍ਰੇਲੀਆ ਲੈ ਲਵੋ ਜਾਂ ਹੋਰ ਜਿਹੜੇ ਦੇਸ਼ ਨੇ, ਉਹਨਾਂ ਦਾ ਲਿਮਿਟੇਸ਼ਨ ਇਹੀ ਬਣ ਗਿਆ ਕਿ ਉਹਨਾਂ ਦੀ ਪਾਪੂਲੇਸ਼ਨ ਓਲਡ ਹੋ ਗਈ ਹੈ। ਇਸੇ ਕਰਕੇ ਉਹਨਾਂ ਨੇ ਤਰ੍ਹਾਂ ਤਰ੍ਹਾਂ ਦੇ ਰਸਤੇ ਖੋਲ੍ਹੇ ਕਿ ਦੂਜੇ ਦੇਸ਼ਾਂ ਦਾ ਨੌਜਵਾਨ ਜਿਹੜਾ ਬੁਲਾ ਲਿਆ ਜਾਵੇ। ਫਰਕ ਕੀ ਆ ਕਿ ਉੱਥੇ ਜਾ ਕੇ ਸਾਡਾ ਬਹੁਤਾ ਨੌਜਵਾਨ ਉਹਨਾਂ ਦੀ ਮਜ਼ਦੂਰੀ ਕਰਦਾ, ਉਹਨਾਂ ਦੀ ਲੇਬਰ ਕਰਦਾ। ਇਸ ਸਾਲ 'ਚ ਰਿਵਰਸਲ ਜਿਹੜੀ ਆ ਸ਼ੁਰੂ ਹੋਈ ਆ, ਰਿਵਰਸ ਟ੍ਰੈਂਡ ਸ਼ੁਰੂ ਹੋਇਆ, ਪਰ ਮਸਲਾ ਜਿਹੜਾ ਮਹੱਤਵਪੂਰਨ ਆ ਉਹ ਇਹ ਆ ਕਿ ਸਾਰੇ ਯੂਥ ਦੇ ਲਈ ਨੌਕਰੀਆਂ ਪੈਦਾ ਨਹੀਂ ਹੋ ਸਕਦੀਆਂ। ਇਹਨੂੰ ਅਸੀਂ ਦਿਮਾਗ 'ਚ ਬਿਠਾ ਲਈਏ ਕਿ ਸਰਕਾਰਾਂ ਇੰਨੇ ਨੌਜਵਾਨਾਂ ਲਈ ਨੌਕਰੀਆਂ ਕਦੇ ਨਹੀਂ ਪੈਦਾ ਕਰ ਸਕਦੀਆਂ, ਤਾਂ ਉਹਦੇ ਲਈ ਸਾਨੂੰ ਕੀ ਕਰਨਾ ਪਊਗਾ? ਸਾਨੂੰ ਆਪਣੇ ਸਵੈ ਯਤਨ ਕਰਨੇ ਪੈਣਗੇ, ਸਾਨੂੰ ਉੱਦਮੀ ਬਣਨਾ ਪਵੇਗਾ, ਸਾਨੂੰ ਜੋਬ ਸੀਕਰਸ ਦੀ ਬਜਾਏ
ਜੋਬ ਪ੍ਰੋਵਾਈਡਰਸ ਬਣਨਾ ਪਵੇਗਾ। ਸਾਨੂੰ ਸ਼ੁਰੂ ਤੋਂ ਆਪਣਾ ਬੈਂਟ ਆਫ ਮਾਇੰਡ ਬਣਾਉਣਾ ਪਵੇਗਾ ਕਿ ਯਾਰ ਆਪਾਂ ਹੁਣੇ ਤੋਂ ਕੋਈ ਕਮਾਈ ਦੇ ਸਾਧਨ ਪੈਦਾ ਕਰਨੇ ਨੇ, ਔਰ ਅੱਜ ਦੇ ਯੁੱਗ ਦੇ ਵਿੱਚ ਬੇਤਹਾਸ਼ਾ ਐਵਨਿਊਜ ਅਪਰਚੁਨਿਟੀਜ਼ ਹੈਗੀਆਂ ਨੇ, ਹੰਡਰਡਸ ਆਫ ਜੋਬਸ ਜਿਹੜੀਆਂ ਨੇ ਦੇ ਆਰ ਅਵੇਲੇਬਲ ਔਨਲਾਈਨ, ਜਿਹੜੇ ਤੁਸੀਂ ਆਪਣੇ ਮੋਬਾਈਲ 'ਤੇ ਬੈਠੀ ਕਰ ਸਕਦੇ ਹੋ। ਕਿਤੇ ਡਾਟਾ ਫਿਲ ਕਰਨ ਦੀ ਜੋਬ ਆ, ਕਿਤੇ ਡਾਟਾ ਐਨਾਲਿਸਿਸ ਦੀ ਜੋਬ ਹੈਗੀ ਆ, ਕਿਤੇ ਕੋਈ ਹੋਰ ਇੱਦਾਂ ਦੀਆਂ ਜੋਬਸ ਹੈਗੀਆਂ ਨੇ ਜਿਹੜੀਆਂ ਤੁਸੀਂ ਕਰ ਸਕਦੇ ਹੋ। ਐਂਡ ਯੂ ਕੈਨ ਡੂ ਦਾ ਥਿੰਗਸ ਐਜ਼ ਪਰ ਯੋਰ ਟੇਸਟ ਐਂਡ ਚੋਇਸ। ਜਦੋਂ ਤੁਹਾਡੇ 'ਚ ਇਹ ਪ੍ਰਵਿਰਤੀ ਪੈਦਾ ਹੋ ਗਈ ਤਾਂ ਕੁਦਰਤੀ ਗੱਲ ਆ ਤੁਸੀਂ ਅੱਗੇ ਅੱਗੇ ਆਪਣੇ ਆਪ ਨੂੰ ਬਦਲਦੇ ਜਾਓਗੇ। ਅਰਨਿੰਗ ਬਹੁਤ ਮਹੱਤਵਪੂਰਨ ਲਾਈਫ ਦਾ ਹਿੱਸਾ ਹੈਗੀ ਆ। ਡਿਪੈਂਡੈਂਸ ਸਾਡੇ ਜ਼ਿਆਦਾ ਕਲਚਰ ਸੀ, ਸਾਡੇ ਤਾਂ ਬੜੀ ਵੱਡੀ ਸਟੇਜ ਤੱਕ ਬੱਚੇ ਮਾਂ ਬਾਪ 'ਤੇ ਨਿਰਭਰ ਰਹਿੰਦੇ ਸੀ। ਕਈ ਵਾਰੀ ਘਰ 'ਚ ਕਮਾਉਣ ਵਾਲਾ ਇੱਕ ਬੰਦਾ ਹੁੰਦਾ, ਖਾਣ ਵਾਲਾ ਉਹਨੂੰ ਸਾਰਾ ਟੱਬਰ ਹੈਗਾ। ਅਤੇ ਜਦੋਂ ਅਸੀਂ ਆਪਣਾ ਬੈਂਟ ਆਫ ਮਾਇੰਡ ਚੇਂਜ ਕਰ ਲਵਾਂਗੇ, ਅਸੀਂ ਸੇਵਿੰਗਸ ਦੀਆਂ ਆਦਤਾਂ ਪਾਵਾਂਗੇ। ਤੁਹਾਨੂੰ ਇਹੋ ਜਿਹੇ ਯੂਥ ਮਿਲਣਗੇ ਜਿਹੜੀ ਆਪਣੀ ਪੋਕਟ ਮਨੀ 'ਚੋਂ ਸੇਵ ਕਰਕੇ ਇਨਵੈਸਟ ਕਰਦੇ ਨੇ, ਕਿਉਂਕਿ ਜਦੋਂ ਤੁਸੀਂ ਸੇਵਿੰਗ ਕਰੋਗੇ ਦੈਨ ਯੂ ਸਟਾਰਟ ਇਨਵੈਸਟਿੰਗ। ਅਤੇ ਜਦੋਂ ਬੰਦਾ ਸੇਵਿੰਗ ਤੋਂ ਇਨਵੈਸਟਮੈਂਟ ਵੱਲ ਜਾਂਦਾ, ਯੂ ਨੋ ਰਿਟਰਨਸ ਹਮੇਸ਼ਾ ਕਾਹਤੇ ਆਉਂਦੀਆਂ ਨੇ, ਇਨਵੈਸਟਮੈਂਟਸ 'ਤੇ ਆਉਂਦੀਆਂ ਨੇ। ਉਹ ਇਨਵੈਸਟਮੈਂਟਸ ਲਾਈਫ ਦੇ ਵਿੱਚ ਜਦੋਂ ਤੁਹਾਡੀ ਹੈਬਿਟ ਬਣ ਜਾਂਦੀ ਆ ਅਤੇ ਤੁਸੀਂ ਲਾਈਫ ਦੇ ਵਿੱਚ ਸਟੈਂਡ ਕਰੋਗੇ, ਤੁਸੀਂ ਜੋਬ ਸੀਕਰਸ ਨਹੀਂ ਰਹੋਗੇ, ਤੁਸੀਂ ਜੋਬ ਪ੍ਰੋਵਾਈਡਰਸ ਬਣਨ ਵਾਲੇ ਪਾਸੇ ਵੱਧ ਰਹੇ ਹੋਵੋਗੇ, ਮਿਹਨਤ ਕਰੀਏ। ਵੈਸੇ ਵੀ ਪੰਜਾਬ ਦਾ ਨੌਜਵਾਨ ਉੱਦਮੀ ਨੌਜਵਾਨ ਪਿਛਲੇ ਸਮੇਂ 'ਚ ਵੀ ਗਰਦਾਨਤਾ ਕਿ ਜੀ ਨਸ਼ੀਲੀ ਹੋ ਗਿਆ, ਪੰਜਾਬ ਦਾ ਨੌਜਵਾਨ ਨਸ਼ੀਲੀ ਨਹੀਂ ਹੈ। ਆਈ ਕੈਨ ਵਾਚ, ਤੁਸੀਂ ਸਾਰੇ ਇੰਡੀਆ ਬੱਚੇ ਬੈਠੇ ਹੋ, ਤੁਹਾਡੇ 'ਚੋਂ ਕੋਈ ਹੈ ਨਸ਼ੀਲੀ? ਅਸੀਂ ਕਹਿੰਦੇ ਵੀ 80% ਪੰਜਾਬ ਦਾ ਯੂਥ ਨਸ਼ੇੜੀ ਹੈ। ਜੇ ਹੁਣ ਇਹ 50-60 ਜਣੇ ਜਾਂ 70 ਜਣੇ ਤੁਸੀਂ ਬੈਠੇ ਹੋ, ਨਸ਼ੇੜੀ ਦਾ ਚਿਹਰਾ ਮਾੜਾ ਹੋ ਜੂ, ਉਹਦਾ ਓਵਰਆਲ ਜਿਹੜਾ ਵਿਚਰਨ ਦਾ ਸਟਾਈਲ ਆ ਉਹ ਤੁਹਾਨੂੰ ਪਤਾ ਲੱਗ ਜੂ। ਅਸੀਂ ਉੱਦਮੀ ਸੀ, ਮੈਨੂੰ ਇਹ ਲੱਗਦਾ ਹੁੰਦਾ ਕਿ ਸਾਡੇ ਉੱਦਮ ਤੋਂ ਖਾਰ ਖਾਂਦੇ ਹੋਏ, ਸਾਡੇ ਉੱਦਮ ਨੂੰ ਅੰਡਰਮਾਈਨ ਕਰਦੇ ਹੋਏ ਸਾਡੇ ਉੱਤੇ ਤਰ੍ਹਾਂ ਤਰ੍ਹਾਂ ਦੇ ਜਿਹੜੇ ਮਾੜੇ ਟੈਗ ਸੀ ਉਹ ਲਾ ਦਿੱਤੇ ਗਏ। ਤੀਜੀ ਗੱਲ, ਇਹ ਜਿਹੜਾ ਜੀਵਨ ਦਾ ਸਮਾਂ ਹੁੰਦਾ ਬਹੁਤ ਮਿਹਨਤ ਦਾ ਸਮਾਂ, ਜਿਹਨੇ ਜ਼ਿੰਦਗੀ ਦੇ ਇਸ ਮੁਕਾਮ 'ਤੇ ਰੱਜ ਕੇ ਮਿਹਨਤ ਕਰਦੀ ਉਹ ਸਾਰੀ ਉਮਰ ਕਾਮਯਾਬ ਰਹਿੰਦਾ। ਇਹ ਯਾਦ ਰੱਖਣਾ ਪਊਗਾ ਕਿ ਮਿਹਨਤ ਵੀ ਲਗਾਤਾਰ ਪ੍ਰਕਿਰਿਆ ਹੈਗੀ ਆ। ਐਂ ਨਹੀਂ ਵੀ ਆਪਾਂ ਇੱਕ ਦਿਨ ਕਰ ਲਈ ਜਾਂ 10 ਦਿਨ ਕਰ ਲਈ ਜਾਂ 5 ਸਾਲ ਕਰ ਲਈ, ਜ਼ਿੰਦਗੀ ਦੇ ਵਿੱਚ ਬਣੇ ਰਹਿਣ ਲਈ, ਮੁਕਾਬਲੇ ਦੇ ਵਿੱਚ ਅੜੇ ਰਹਿਣ ਲਈ ਤੁਹਾਨੂੰ ਮਿਹਨਤ ਕਰਦੇ ਰਹਿਣਾ ਪਊਗਾ। ਸੋ ਆਪਣੇ ਆਪ ਨੂੰ ਇਹ ਧਾਰੋ ਕਿ ਵੀ ਆਰ ਦਾ ਬੈਸਟ, ਉੱਤਮ ਹਾਂ ਅਸੀਂ, ਅਸੀਂ ਵਧੀਆ ਹਾਂ, ਸਾਡੇ 'ਚ ਗੁਣਵੱਤਾ ਹੈ, ਅਸੀਂ ਕਾਬਲ ਹਾਂ, ਅਸੀਂ ਕੁਸ਼ਲ ਹਾਂ, ਅਸੀਂ ਉਚੇਰੀਆਂ ਮੰਜ਼ਿਲਾਂ ਪ੍ਰਾਪਤ ਕਰਨੀਆਂ ਨੇ। ਆਪਣੇ ਨਿਸ਼ਾਨੇ ਵੱਡੇ ਮਿਥੋ, ਆਪਣੇ ਟੀਚੇ ਵੱਡੇ ਮਿਥੋ, ਤਾਂ ਯਕੀਨਨ ਤੌਰ 'ਤੇ ਪ੍ਰਾਪਤੀਆਂ ਤੁਹਾਡੇ ਕੋਲ ਆਉਣਗੀਆਂ, ਜਿੱਤਾਂ ਤੁਹਾਡੇ ਕੋਲ ਆਉਣਗੀਆਂ, ਉਹ ਤੁਸੀਂ ਕਾਮਯਾਬ ਹੋਵੋਗੇ। ਬਹੁਤ ਬਹੁਤ ਧੰਨਵਾਦ।
ਇਸ ਦਿਵਸ ਨੂੰ ਤੁਹਾਨੂੰ ਮੁਬਾਰਕਾਂ, ਥੈਂਕ ਯੂ ਵੈਰੀ ਮੱਚ।